ਕਪਿਲ ਮੇਰਾ ਮੇਰਾ ਇੱਕੋ ਹੀ ਪੁੱਤ ਮੇਰੇ ਕਮਾਉਣੇ ਵਾਲਾ ਹੀ ਕੋਈ ਨਹੀਂ ਮੇਰੇ ਘਰ। ਮੇਰਾ ਬੱਚਾ ਮੈਨੂੰ ਦੁੱਖੀ ਮੇਰੇ ਘਰ ਪਜਾਉ ਬਸ ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਮੇਰਾ ਬੱਚਾ ਚਾਹੀਦਾ ਹੈ। ਸਾਡਾ ਪੁੱਤ ਲੱਭ ਕੇ ਲਿਆ ਦਿਓ। ਰੋਂਦੀ ਹੋਈ ਇਸ ਮਾਂ ਦੇ ਹੰਝੂ ਰੁਕ ਨਹੀਂ ਰਹੇ ਕਿਉਂਕਿ ਇਹ ਉਡੀਕ ਚ ਬੈਠੀ ਹੈ ਕਿ ਕਦੋਂ ਇਸ ਦਾ ਜਵਾਨ ਪੁੱਤ ਘਰ ਵਾਪਸ ਪਰਤੇਗਾ। ਦਰਅਸਲ ਓਮਾਨ ਦੇ ਸਮੁੰਦਰ ਦੇ ਵਿੱਚ ਇੱਕ ਤੇਲ ਦੇ ਟੈਂਕਰ ਵਾਲਾ ਜਹਾਜ਼ ਡੁੱਬ ਗਿਆ ਸੀ ਜਿਸ ਵਿੱਚ 16 ਕਰੂ ਮੈਂਬਰ ਲਾਪਤਾ ਹੋਏ ਜਿਨ੍ਹਾਂ ਚੋਂ 10 ਨੂੰ ਰੈਸਕਿਊ ਕਰ ਲਿਆ ਗਿਆ ਤੇ 6 ਹਾਲੇ ਵੀ ਲਾਪਤਾ ਨੇ। ਇਹਨਾਂ 6 ਕਰੂ ਮੈਂਬਰਾਂ ਦੇ ਵਿੱਚ ਹੀ ਇੱਕ ਇਹ ਪੰਜਾਬੀ ਪੁੱਤ ਵੀ ਲਾਪਤਾ ਹੈ ਜਿਸ ਦੀ ਤਲਾਸ਼ ਤਾਂ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਇਹ ਪੁੱਤ ਨਹੀਂ ਮਿਲਿਆ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਹੁਣ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੈਸਕਿਊ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਜਿਹੜੇ 6 ਮੈਂਬਰ ਨਹੀਂ ਲੱਭੇ ਉਹਨਾਂ ਦਾ ਕੋਈ ਸੁਰਾਗ ਨਹੀਂ ਹੱਥ ਲੱਗਾ। ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਇੱਕ ਲੌਤਾ ਪੁੱਤ ਸੀ ਤੇ ਇੱਕੋ ਇੱਕ ਸਹਾਰਾ ਸੀ ਜੋ ਘਰ ਦਾ ਕਮਾਊ ਪੁੱਤ ਉਹ ਵੀ ਉਹਨਾਂ ਤੋਂ ਖੋ ਲਿਆ ਗਿਆ। ਦੀਪਕ ਸਿੰਘ ਜੋ ਕਿ ਹੁਸ਼ਿਆਰਪੁਰ ਦੇ ਪਿੰਡ ਦੇਪੁਰ ਦਾ ਰਹਿਣ ਵਾਲਾ ਸੀ ਅਤੇ ਇਸੇ ਹੀ ਓਮਾਨ ਦੇ ਇੱਕ ਤੇਲ ਦੇ ਟੈਂਕਰ ਵਾਲੇ ਜਹਾਜ਼ 'ਚ ਕਰੂ ਮੈਂਬਰਾਂ ਦੇ ਨਾਲ ਗਿਆ ਸੀ ਤੇ ਉੱਥੇ ਤੂਫਾਨ ਆਉਣ ਦੇ ਕਾਰਨ ਸਮੁੰਦਰ 'ਚ ਜਹਾਜ਼ ਡੁੱਬ ਗਿਆ। 22 ਸਾਲਾਂ ਦੀਪਕ ਇਸੇ ਜਹਾਜ਼ ਦੇ ਵਿੱਚ ਸਵਾਰ ਸੀ ਤੇ ਉਹਨਾਂ ਕਰੂ ਮੈਂਬਰਾਂ ਦੇ ਨਾਲ ਲਾਪਤਾ ਹੋ ਗਿਆ ਜਿਹਦਾ ਅੱਜ ਤੱਕ ਪਤਾ ਨਹੀਂ ਚੱਲਿਆ। 10 ਮੈਂਬਰਾਂ ਨੂੰ ਰੈਸਕਿਊ ਤਾਂ ਕਰ ਲਿਆ ਗਿਆ ਪਰ 6 ਹਾਲੇ ਵੀ ਲਾਪਤਾ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਦੀਪਕ ਹੈ ਜਿਨ੍ਹਾਂ ਦੇ ਇਹ ਮਾਪੇ ਨੇ ਰੋ ਰੋ ਬੇਹਾਲ ਹੋ ਗਏ ਨੇ ਤੇ ਸਿਰਫ ਇੱਕੋ ਹੀ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦਾ ਪੁੱਤ ਵਾਪਸ ਲਿਆਂਦਾ ਜਾਏ। ਤੇ ਮਸਾਲ ਲੱਗੇ ਆ ਗੱਲਬਾਤ ਹੁੰਦੀ ਸੀ ਤੁਹਾਡੇ ਨਾਲ ਜਦੋਂ ਸ਼ਿਫਟ ਤੇ? ਹਾਂਜੀ, 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚੇਲੀ ਪੀਆਂਗੇ ਤਾਂ ਹੁਣ ਨੈਟਵਰਕ ਘੱਟ ਹੋਆ ਕਰਨਾ ਤਾਂ ਮੈਸੇਜ ਮੁਸੇਜ ਕਰ ਦਿਆ ਕਰਗਾ ਮੈਂ ਤਾਂ ਉਹ ਤੋਂ ਬਾਅਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ। ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਹਾਜ਼ ਪਲਟੀ ਹੋਈ ਹੈ ਤਾਂ ਲਾਪਤਾ ਹੋਈ ਹੈ ਦੇਣਗੇ। ਜਿਹੜੇ ਹੋਰ ਜਿਹੜੇ ਉਹਨਾਂ ਦੇ ਨਾਲ ਹੋਰ ਵੀ ਕੋਈ ਦੋਸਤ ਵਗੈਰਾ ਨਾਲ ਤੁਹਾਡੇ ਸੰਪਰਕ ਹੋਇਆ ਹੋਵੇ ਜਿਹੜਾ ਕਿਸੇ ਨੇ ਰੈਸਕਿਊ ਕੀਤਾ ਜਿਹਨਾਂ ਨੂੰ ਮੇਰਾ ਬੱਚਾ ਧੋਪੀ ਕੇ ਮੈਨੂੰ ਘਰ ਪਜਾਓ ਬਸ ਮੇਰੀ ਇਹੀ ਅਪੀਲ ਹੈ। ਮੇਰਾ ਮੇਰਾ ਇੱਕੋ ਹੀ ਬਹੁਤ ਮੇਰਾ ਕਮਾਉਣੇ ਵਾਲਾ ਹੀ ਕੋਈ ਨਹੀਂ ਮੇਰੇ ਘਰ। ਮੇਰਾ ਬੱਚਾ ਮੈਨੂੰ ਧੋਪੀ ਮੇਰੇ ਘਰ ਪਜਾਓ ਬਸ ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਮੇਰਾ ਬੱਚਾ ਚਾਹੀਦਾ ਹੈ। ਮੇਰਾ ਬੱਚਾ ਮੈਨੂੰ ਮੇਰੇ ਘਰ ਪਜਾਓ ਬਸ ਜਿੱਥੇ ਮਰਜ਼ੀ ਹੈ ਮੇਰਾ ਬੱਚਾ ਧੋਪੋ ਧੋਪੀ ਕੇ ਮੇਰੇ ਘਰ ਪਜਾਓ। ਪਿਛਲੇ 2 ਮੰਥ ਹੋ ਗਏ ਉਹਨੂੰ ਦੁਬਈ ਗਏ ਨੂੰ ਅਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ। ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ। ਹਾਂਜੀ, ਪਰ ਸਾਨੂੰ ਇਹ ਖਬਰ ਨਹੀਂ ਸੀ ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਅਤੇ ਉਹ ਸਾਨੂੰ 2 ਦਿਨ ਪਹਿਲਾਂ ਹੀ ਪਤਾ ਲੱਗਿਆ ਹੈ।
ਲਗਭਗ ਇੱਕ ਹਫ਼ਤਾ ਹੋ ਗਿਆ, ਇੱਕ ਵੀਕ ਹੋ ਗਿਆ। ਉਹਨਾਂ ਨੇ ਕੋਈ ਕੰਪਨੀ ਨੇ ਤੁਹਾਨੂੰ ਰਿਪਲਾਈ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ? ਹਾਂਜੀ, 3-4 ਦਿਨ ਪਹਿਲਾਂ ਭਾਜੀ ਹੋਣਾਂ ਨਾਲ ਹੋਈ ਸੀ, ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ, ਕਿਉਂਕਿ ਉਹਨਾਂ ਨੇ ਇਹੀ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ, ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਵਗੈਰਾ ਕਰਨੀ ਸ਼ੁਰੂ ਕੀਤੀ। ਸਾਨੂੰ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ 'ਤੇ ਜਾਂ ਕੋਈ ਕਿਸੇ ਨਾਲ ਤੁਸੀਂ ਮਿਲੇ ਹੈਗੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾਂ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਪਿੰਗ? ਨਹੀਂ ਜੀ, ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ, ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ। ਬਟ ਜਿੱਦਾਂ ਕਿ ਰਿਊਮਰ ਵੀ ਫੈਲ ਰਿਹਾ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ 'ਚੋਂ ਬਚਾਏ ਹੈ, ਉਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਢਿੱਲ ਪੈ ਗਈ ਹੈ, ਪਰ ਮੇਰੀ ਸਰਕਾਰ ਨੂੰ, ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭੇ। ਜਿੰਨੇ ਹੈ 6 ਦੇ 6 ਮੈਂਬਰ ਸਾਰਿਆਂ ਨੂੰ ਸਹੀ ਸਲਾਮਤ ਇੰਡੀਆ ਵਾਪਸ ਲਿਆਇਆ ਜਾਵੇ ਅਤੇ ਮੇਰੇ ਭਰਾ ਨੂੰ ਘਰ ਲਿਆ ਦਿਉ ਬਸ ਜੀ। ਮੇਰਾ ਨਾਮ ਅਮਿਤ ਕੁਮਾਰ ਹੈ ਅਤੇ ਸਾਡਾ ਬ੍ਰਦਰ ਸੀਗਾ ਦੀਪਕ ਸਿੰਘ, ਅਤੇ ਪਿੰਡ ਹੈਗਾ ਹੈ ਦੇਵਪੁਰ ਅਤੇ ਜ਼ਿਲ੍ਹਾ ਹੁਸ਼ਿਆਰਪੁਰ। ਅਤੇ ਇਹ ਲਾਸਟ 2 ਮੰਥ ਪਹਿਲਾਂ ਗਿਆ ਸੀਗਾ, ਜੁਆਇਨ ਕੀਤਾ ਸੀਗਾ ਸ਼ਿਪ, ਦੁਬਈ ਦੀ ਕੰਪਨੀ ਸੀਗੀ ਨੈਕਟੋ ਫਿਜ਼ੀ ਕਰਕੇ। ਅਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ, ਅਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਕ ਨੂੰ। 16 ਤਾਰੀਕ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਛ ਰਫ ਵੈਦਰ ਕਰਕੇ, ਕੁਛ ਰੀਜ਼ਨ ਉਹਨਾਂ ਨੇ ਦੱਸੇ। ਅਤੇ ਉਸ ਤੋਂ ਬਾਅਦ 17 ਤਾਰੀਕ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਕਰੂ ਮਿਲੇ ਹੈ, ਜਿਹਦੇ ਵਿੱਚੋਂ 9 ਸਹੀ ਸਲਾਮਤ ਹੈ ਅਤੇ 1 ਡੈੱਡ ਮਿਲਿਆ। ਟੋਟਲ 16 ਕਰੂ ਸੀਗੇ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਖਬਰ ਨਹੀਂ ਹੈ ਇਹਨਾਂ ਦੀ। ਅਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਹੈ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਕਿ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੱਦਾਂ ਵੀ ਹੈ। ਅਤੇ ਹੁਣ ਸਾਡੀ ਇਹੀ ਅਪੀਲ ਹੈ ਇੰਡੀਅਨ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ। ਮੇਰਾ ਬੇਟਾ, ਮੇਰਾ ਨਾਮ ਕੇਵਲ ਸਿੰਘ ਹੈ, ਮੇਰਾ ਨਾਮ ਦੀਪਕ ਸਿੰਘ ਦਾ, ਇੱਕੋ ਹੀ ਸਾਡਾ ਕਮਾਉਣ ਵਾਲਾ ਬੇਟਾ ਸੀਗਾ, ਹੋਰ ਘਰ ਵਿੱਚ ਹੈ ਨਹੀਂ ਕੋਈ ਕਮਾਉਣ ਵਾਲਾ, ਬਾਕੀ ਕਮਾਉਣ ਵਾਸਤੇ ਘਰੋਂ ਗਿਆ। ਲਾਸਟ ਵਿੱਚ ਮੈਨੂੰ ਇਹਦੇ ਨਾਲ ਹੋਈ 30 ਤਰੀਕ ਨੂੰ ਗੱਲ ਹੋਈ ਮੇਰੇ ਨਾਲ, ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਇਹ ਕਿਹਾ ਕਿ ਪਾਪਾ ਮੈਂ ਠੀਕ ਠਾਕ ਹਾਂ, ਕੋਈ ਚਿੰਤਾ ਨਹੀਂ ਕਰਦੇ। ਜਿਸ ਤਰ੍ਹਾਂ ਤੁਹਾਡੇ ਫੈਮਿਲੀ ਦੱਸ ਰਹੇ ਕਿ ਇਹਦਾ ਆਪਰੇਸ਼ਨ, ਸਾਨੂੰ ਇੱਦਾਂ ਦੀਆਂ ਖਬਰਾਂ ਮਿਲ ਰਹੀਆਂ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੋਕਿਆ। ਹਾਂਜੀ ਹਾਂਜੀ ਹਾਂਜੀ। ਕੰਪਨੀ ਨੇ ਕੀ ਕਿਹਾ ਸੀ ਤੁਹਾਨੂੰ ਜਦੋਂ ਇਹ ਮਿਸਿੰਗ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ? ਕੰਪਨੀ ਤਾਂ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਪਤਾ ਲੱਗਿਆ ਕਿ ਢਿੱਲ ਕਰਦੇ ਪਏ। ਕਾਰਨ ਕੀ ਹੈ ਜਹਾਜ਼ ਡੁੱਬਣ ਦਾ ਜਾਂ ਕਿਸ ਤਰ੍ਹਾਂ ਡੁੱਬਿਆ ਸੀ ਉਹ ਪਤਾ ਲੱਗਿਆ ਕੁਛ? ਹਾਂਜੀ, ਉਹ ਕਹਿੰਦੇ ਤੂਫਾਨ ਆਇਆ, ਤੂਫਾਨ ਦੇ ਆਉਣ ਨਾਲ ਪਲਟੀ ਹੋ ਗਈ ਜਹਾਜ਼। ਹਾਂਜੀ, ਅਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਲੋਕਲ ਜਾਂ ਕੋਈ ਸਾਥੀ? ਇੱਥੋਂ ਦਾ ਹੈ ਨਹੀਂ, ਇੱਕ ਪਠਾਨਕੋਟ ਦਾ ਹੈਗਾ ਉਹਨਾਂ ਦਾ, ਕੋਈ ਸੀਨੀਅਰ ਹੈ। ਉਹਨਾਂ ਨੇ ਉਸ ਫੈਮਿਲੀ ਨਾਲ ਗੱਲ ਹੋਈ ਤੁਹਾਡੀ? ਨਹੀਂ, ਉਹਨਾਂ ਨਾਲ ਗੱਲ ਨਹੀਂ ਜੀ ਹੋਈ। ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋਇਆ? ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ। ਹੁਣ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ? ਅਸੀਂ ਇਹ ਚਾਹੁੰਦੇ ਸਾਡਾ ਬੱਚਾ ਵਾਪਸ ਆਉਣਾ ਚਾਹੀਦਾ ਹੈ ਕਿਸੇ ਵੀ ਹਾਲਤ ਵਿੱਚ, ਜਿਹੜੀ ਕਾਰਵਾਈ ਬੰਦ ਨਾ ਕੀਤੀ ਜਾਵੇ ਭਾਰਤ ਸਰਕਾਰ ਨੂੰ, ਪੰਜਾਬ ਸਰਕਾਰ ਨੂੰ।